ਕੈਨੇਡਾ ਦੀ ਸਰਕਾਰ ਬਣਾਉਣ ਵਿੱਚ ਪੰਜਾਬੀਆਂ ਦੀ ਹਮੇਸ਼ਾ ਤੋਂ ਹੀ ਵੱਡੀ ਭੂਮਿਕਾ ਰਹੀ ਹੈ। ਇਸ ਵਾਰ ਵੀ ਇੱਥੇ ਫੈਡਰਲ ਚੋਣਾਂ ਵਿੱਚ ਹੁਣ ਤੱਕ 18 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਨੇ। ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਨਾਲ ਹੀ ਸੰਬੰਧਿਤ ਹਨ। ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇੱਕ ਵਾਰ ਫਿਰ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਵਾਰ ਇੱਥੇ ਗੱਠਜੋੜ ਨਾਲ ਸਰਕਾਰ ਬਣਨ ਦੀ ਸੰਭਾਵਨਾ ਹੈ, ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ। ਕੈਨੇਡਾ ਦੇ 338 ਚੋਣ ਹਲਕਿਆਂ ਵਿੱਚੋਂ ਲਿਬਰਲ ਪਾਰਟੀ 156 ਸੀਟਾਂ ਉੱਤੇ ਜਿੱਤ ਚੁੱਕੀ ਹੈ, ਪਰ ਬਹੁਮਤ ਲਈ 117 ਸੀਟਾਂ ਦੀ ਲੋੜ ਹੁੰਦੀ ਹੈ। ਅਤੇ ਆਓ ਗੱਲ ਕਰਦੇ ਹਾਂ ਲਿਬਰਲ ਪਾਰਟੀ ਵੱਲੋਂ ਜਿੱਤ ਕੇ ਆਏ ਪੰਜਾਬੀਆਂ ਦੀ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ, ਸੁਖ ਧਾਲੀਵਾਲ, ਨਵਦੀਪ ਸਿੰਘ ਬੈਂਸ, ਰਾਮੇਸ਼ਵਰ ਸਿੰਘ ਸੰਘਾ, ਮਨਜਿੰਦਰ ਸਿੰਘ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਬਰਦੇਸ਼ ਝੱਗਰ, ਗਗਨ ਸਿਕੰਦ, ਰਾਜ ਸੈਣੀ, ਅੰਜੂ ਢਿੱਲੋ ਹਨ। ਅਤੇ NDA ਵੱਲੋਂ ਜਗਮੀਤ ਸਿੰਘ ਹੀ ਇਕਲੌਤੇ ਪੰਜਾਬੀ ਉਮੀਦਵਾਰ ਹਨ। ਅਤੇ ਹੁਣ ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਦੀ, ਤਾਂ ਇਸ ਪਾਰਟੀ ਵਿੱਚੋਂ ਟੀਮ ਉੱਪਲ ਜਸਰਾਜ ਸਿੰਘ ਹਲਨ, ਬੋਬ ਸਰੋਏ, ਜੈਕ ਸਹੋਤਾ ਹਨ। ਤਾਂ ਇਹ ਉਹ 18 ਪੰਜਾਬੀ ਨੇ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਉੱਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਚਲ ਕੈਂਪ ਬਲੀਵ ਹੈ ਆਪਣੇ ਬ੍ਰੈਂਪਟਨ ਈਸਟ ਨੇ, ਭਾਈਚਾਰਾ ਨੇ ਬਹੁਤ ਪਿਆਰ ਦਿੱਤਾ, ਬਹੁਤ ਸਪੋਰਟ ਦਿੱਤੀ ਆ, ਸੋ ਥੈਂਕ ਯੂ। ਜਦੋਂ ਅਸੀਂ ਡੋਰ ਤੋਂ ਜੋਰ ਜਾਂਦੇ ਸੀਗੇ ਬਹੁਤ ਪੋਜ਼ਿਟਿਵ ਰਿਸਪੋਂਸ ਆ ਰਿਹਾ ਸੀਗਾ, ਲੋਕ ਬਹੁਤ ਖੁਸ਼ ਸੀਗੇ ਲਿਬਰਲ ਪਾਰਟੀ ਸਰਕਾਰ ਨਾਲ, ਜਿਹੜੀ ਆਪਣੇ ਕਹਿਣਾ ਚਾਹ ਬੈਨੀਫਿਟਸ ਵੀ ਪੇਮੈਂਟ ਸੀਗੇ, ਜਿਹੜੀ ਸੀਨੀਅਰਸ ਦੀ ਹੈਲਪ ਹੋ ਰਹੀ ਸੀ, ਸਟੂਡੈਂਟ ਗ੍ਰਾਂਟਸ ਦੀ ਅਸੀਂ ਵਧਾਏ ਸੀਗੇ, ਜਿਹੜੀ ਡੋਰ ਟੂ ਡੋਰ ਆ ਰਹੀ ਜ਼ਿਆਦਾ ਇਸ਼ੂਜ਼, ਡੇ ਟੂ ਡੇ ਜ਼ਿਆਦਾ ਇਸ਼ੂ ਸੀਗੇ, ਜਿਹੜੇ ਹੈਲਥ ਕੇਅਰ ਫੰਡਿੰਗ ਕੱਟਸ, ਐਜੂਕੇਸ਼ਨ ਕੱਟਸ, ਸੋ ਯੂ ਨੋ ਪੀਪਲ ਪੁੱਟ ਦੇਅਰ ਸਪੋਰਟ ਇਨ ਲਿਬਰਲ ਪਾਰਟੀ ਐਂਡ ਵੀ ਵਾਂਟ ਟੂ ਬੀ ਦੇਅਰ ਫੋਰ ਕੈਨੇਡੀਅਨਸ। ਥੈਂਕ ਯੂ ਵੈਰੀ ਮੱਚ ਜੀ, ਮੈਂ ਜਿਹੜੇ ਸਾਰੇ ਵੋਟਰਸ ਹੈ ਮਿਸਾਗਾ ਮਾਲਟਨ ਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਐਂਡ ਆਲਸੋ ਆਲ ਦ ਵਾਲੰਟੀਅਰਸ ਐਂਡ ਸਪੋਰਟਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਮੁੜ ਕੇ ਫਿਰ ਜਿਤਾਇਆ। ਪਰ ਇਲੈਕਸ਼ਨ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ, ਕਦੀ ਵੀ ਤੁਹਾਨੂੰ ਇਹ ਮਹਿਸੂਸ ਨਹੀਂ ਹੋ ਜਾਂਦਾ ਕਿ ਗਰੰਟੀ ਉਦੋਂ ਹੀ ਬੰਦਾ ਉਦੋਂ ਹੀ ਬੰਦੇ ਨੂੰ ਨੁਕਸਾਨ ਪਹੁੰਚਦਾ ਜੀ, ਸੋ ਯੂ ਹੈਵ ਟੂ ਬੀ ਵੈਰੀ ਥਾਟਫੁਲ, ਯੂ ਹੈਵ ਟੂ ਵਰਕ ਵੈਰੀ ਹਾਰਡ ਐਂਡ ਵਰ ਵੈਰੀ ਹੈਪੀ ਵਿਦ ਦ ਰਿਜ਼ਲਟਸ। ਹਾਂਜੀ, ਸਾਡੇ ਕੋਲ ਗੁੱਡ ਟੀਮ, ਜਿਹੜੇ ਸਿਟਿੰਗ MPs ਨੇ ਬਹੁਤ ਮਿਹਨਤ ਕੀਤੀ, ਐਂਡ ਸਾਡੇ ਕੋਲ ਵਧੀਆ ਪਲਾਨ ਸੀ, ਵਧੀਆ ਪੋਲਿਸੀ ਸੀਗੀ ਇਮੀਗ੍ਰੇਸ਼ਨ ਬਾਰੇ, ਇਕਾਨਮੀ ਬਾਰੇ, ਇਨਵਾਇਰਮੈਂਟ ਬਾਰੇ, ਸੋਸ਼ਲ ਪੋਲਿਸੀ ਬਾਰੇ। ਇੱਥੇ ਲੋਕਲ ਇਨਵੈਸਟਮੈਂਟ ਵੀ ਬਹੁਤ ਕੀਤੀ ਇਨਫਰਾਸਟ੍ਰਕਚਰ ਦੇ ਵਿੱਚ, ਲੋਕਾਂ ਨੂੰ ਵਧੀਆ ਲੱਗਾ, ਇਸਪੈਸ਼ਲੀ ਪ੍ਰੋਵਿੰਸ਼ਲ 'ਚ ਜੋ ਸੂਬੇ ਨਾਲ ਦੇਖਦੇ ਸੀ ਕਿ ਡੱਗ ਫੋਰਡ ਕੱਟਸ ਕਰ ਰਹੇ, ਲੋਕਾਂ ਨੂੰ ਪਤਾ ਲੱਗੇ ਕੰਜ਼ਰਵੇਟਿਵ ਪੋਲਿਸੀਜ਼ ਦੇ ਮੁਤਾਬਿਕ ਦੇਖਣਾ ਪੈਂਦਾ ਹੈ ਕਿ ਕਿਹੜੇ ਬੈਟਰ ਪੋਲਿਸੀਜ਼ ਆ, ਸੋ ਜੇ ਟੀਮ ਵਧੀਆ, ਪੋਲਿਸੀਜ਼ ਵਧੀਆ ਤਾਂ ਲੀਡਰ ਵਧੀਆ, ਉਹਦਾ ਰਿਜ਼ਲਟ ਦੇਖ ਲਿਆ। ਫਿਰ ਅਸੀਂ ਇਹੀ ਹਾਈਲਾਈਟ ਕੀਤਾ ਕਿ ਡੱਗ ਫੋਰਡ ਨੇ ਵੀ ਆਪਣੇ ਸਿਗਨੀਫਿਕੈਂਟ ਕੱਟਸ ਅੱਗੇ ਲਿਆਉਂਦੀਆਂ ਐਜੂਕੇਸ਼ਨ, ਹੈਲਥ ਕੇਅਰ ਨੂੰ ਐਂਡ ਹੋਰ ਅਸੈਂਸ਼ਲ ਸਰਵਿਸਿਜ਼ ਨੂੰ। ਤਾਂ ਜੇ ਤੁਸੀਂ ਐਂਡਰੂ ਸ਼ੀਅਰ ਦਾ ਪਲੈਟਫਾਰਮ ਦੇਖਦੇ ਸੀਗੇ, ਉੱਥੇ ਵੀ $53 billion ਵਰਥ ਆਫ ਕੱਟ ਸੀ, 4 ਗੁਣਾ ਜ਼ਿਆਦਾ। ਸੋ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਆਹ ਹੀ ਤੁਹਾਡੇ ਮੋਹਰੇ ਫੈਡਰਲ ਲੈਵਲ 'ਤੇ ਪੋਲਿਸੀਜ਼ ਆ ਰਹੀਆਂ, ਤੁਹਾਡੀ ਮਰਜ਼ੀ ਹੋਣੀ, ਤੁਹਾਡੇ ਮੋਹਰੇ ਚੋਇਸ ਹੈ। ਸੋ ਅਸੀਂ ਉਹ ਕੰਟਰਾਸਟ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਕਦੀ ਪਰਸਨਲ ਨਹੀਂ ਹੋਏ, ਅਸੀਂ ਪੋਲਿਸੀਜ਼ 'ਤੇ ਆਪਣਾ ਦੱਸਿਆ ਵੱਖਰਾ ਵੱਖਰਾ ਜਿਹੜਾ ਸਾਡਾ ਆਪਣਾ ਅਪਰੋਚ ਕੀ ਆ। ਵੈਰੀ ਹੈਪੀ ਫੋਰ ਦ ਟੀਮ, you know, very happy to see many of my colleagues win again, especially from the region of Peel, from the GTA and across Ontario. Some lost, we picked up some new seats as well, so we're very excited. Mainu pata je kafi close races hai so je chal rahi hai, so je kuch finalized nahi hoya, but it demonstrates that again we're the only party that has a lot of support across the country, and not only in Ontario but in other parts as well, and I'm looking forward to working with my colleagues. Dekho ji, si 2015 ch jadon sanu Brampton South ਦੇ ਰੈਜੀਡੈਂਟਸ ਨੇ ਸਾਨੂੰ ਆਪਣਾ ਰਿਪ੍ਰਜੈਂਟੇਟਿਵ ਬਣਾਇਆ, ਅਸੀਂ 4 ਸਾਲਾਂ ਦੇ ਵਿੱਚ ਬ੍ਰੈਂਪਟਨ ਸਾਊਥ ਦੇ ਰੈਜੀਡੈਂਟਸ ਨਾਲ ਮਿਲ ਕੇ ਕਾਫੀ ਕੰਮ ਕੀਤਾ, ਸੋ ਰੈਜੀਡੈਂਟਸ ਨੇ ਉਹ ਕੰਮ ਦੇਖਿਆ ਅਤੇ ਸਾਨੂੰ ਇੰਨਾ ਪਿਆਰ ਦਿੱਤਾ, ਅਤੇ ਹੁਣ ਅਸੀਂ ਪਿਆਰ ਦੇ ਸਦਕਾ ਸਾਨੂੰ ਹੈਗਾ ਕਿ ਅਗਲੇ ਟਰਮ ਦੇ ਵਿੱਚ ਅਸੀਂ ਹੋਰ ਵੀ ਵੱਧ ਚੜ੍ਹ ਕੇ ਇਸ ਤੋਂ ਵੀ ਜ਼ਿਆਦਾ ਰਲ ਮਿਲ ਕੇ ਕੰਮ ਕਰਾਂਗੇ। ਦੇਖੋ ਜੀ, ਸਾਡਾ ਫੋਕਸ ਹੈਗਾ ਬ੍ਰੈਂਪਟਨ ਲਈ ਅਸੀਂ ਕੀ ਕਰਨਾ ਹੈਗਾ, ਅਸੀਂ ਕਿਉਂਕਿ ਬ੍ਰੈਂਪਟਨ ਜੋ ਤੁਸੀਂ ਦੇਖਿਆ ਬਹੁਤ ਕੁਛ ਲੋੜਾਂ ਹੈਗੀਆਂ ਬ੍ਰੈਂਪਟਨ ਦੀਆਂ, ਤਾਂ ਮੇਨ ਫੋਕਸ ਸਾਡਾ ਇਹੀ ਰਹੇਗਾ ਕਿ ਜਿਵੇਂ ਅਸੀਂ ਅੱਗੇ ਵੀ ਇੱਕ ਟੀਮ ਦੀ ਤਰ੍ਹਾਂ ਬ੍ਰੈਂਪਟਨ ਲਈ ਕੰਮ ਕੀਤਾ, ਤਾਂ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਟੀਮ 'ਚ ਕੰਮ ਕਰਕੇ ਅਤੇ ਬ੍ਰੈਂਪਟਨ ਲਈ ਬ੍ਰੈਂਪਟਨ ਨੂੰ ਹੋਰ ਸੋਹਣਾ ਸ਼ਹਿਰ ਬਣਾਈਏ, ਕਿ ਬ੍ਰੈਂਪਟਨ ਰੈਜੀਡੈਂਟਸ ਨੂੰ ਫੈਸਿਲਿਟੀਜ਼ ਦੀ ਬਹੁਤ ਲੋੜ ਹੈ, ਚਾਹੇ ਤੁਸੀਂ ਕਿਸੇ ਵੀ ਪਾਸੇ ਦੇਖ ਲਓ, ਜਿਵੇਂ ਕਿ ਮੈਂ ਪਹਿਲੇ ਵੀ ਅਸੀਂ ਕਹਿੰਦੇ ਆਏ ਹਾਂ ਕੰਜ਼ਰਵੇਟਿਵ ਸਰਕਾਰ ਵੱਲੋਂ ਇੰਨੇ ਕੱਟਸ ਜਿਹੜੇ ਲੱਗੇ ਹੈਗੇ ਆ, ਅਸੀਂ ਕੀ ਕਰ ਸਕਦੇ ਹਾਂ ਫੈਡਰਲ ਲਈ ਰਲ ਮਿਲ ਕੇ, ਅਤੇ ਉਹਦੇ ਲਈ ਐਡਵੋਕੇਸੀ ਕਰਾਂਗੇ ਟੀਮ ਰਲ ਕੇ, ਅਤੇ ਤਾਂ ਕਿ ਅਸੀਂ ਬ੍ਰੈਂਪਟਨ ਨੂੰ, ਬ੍ਰੈਂਪਟਨ ਦੇ ਲੋਕਾਂ ਨੂੰ ਹੋਰ ਫੈਸਿਲਿਟੀਜ਼ ਦੇ ਸਕੀਏ ਜਿਨ੍ਹਾਂ ਨੇ ਸਾਡੇ 'ਤੇ ਇੰਨਾ ਕੌਨਫੀਡੈਂਸ ਕੀਤਾ। ਤਾਂ ਪਹਿਲਾਂ ਤਾਂ ਜੀ ਜਿਹੜਾ ਸਾਡਾ ਪਾਰਟੀ ਦਾ ਪਲੈਟਫਾਰਮ ਹੈਗਾ, ਜੇ ਤੁਸੀਂ ਪਾਰਟੀ ਦਾ ਪਲੈਟਫਾਰਮ ਹੀ ਦੇਖੋ ਕਿ ਚਾਹੇ ਉਹ ਬੱਚਿਆਂ ਲਈ ਹੈ, ਚਾਹੇ ਉਹ ਯੂਥ ਲਈ ਹੈਗਾ, ਚਾਹੇ ਉਹ ਬਜ਼ੁਰਗਾਂ ਲਈ ਹੈਗਾ, ਪਾਰਟੀ ਦੇ ਪਲੈਟਫਾਰਮ ਦੇ ਆਧਾਰ 'ਤੇ, ਤਾਂ ਕਿ ਹਰ ਇੱਕ ਨੂੰ
ਬ੍ਰੈਂਪਟਨ ਨੂੰ ਜਿਹੜਾ ਫੇਅਰ ਸ਼ੇਅਰ ਮਿਲੇ ਉਹਦੇ ਲਈ ਅਸੀਂ ਐਡਵੋਕੇਟਿੰਗ ਐਡਵੋਕੇਸੀ ਕਰਾਂਗੇ ਪੂਰੀ ਅਤੇ ਦੈਟਸ ਅਵਰ ਪਲੈਨ।